ਫੇਰ ਤੋਂ ਸਵਾਗਤ ਹੈ ਅੱਜ ਦਾ ਜੋ ਟੌਪਿਕ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਐਫ ਐਂਡ ਬੀ ਸਰਵਿਸ ਫਾਊਂਡੇਸ਼ਨ 2 ਦਾ ਚੈਪਟਰ ਰੂਮ ਸਰਵਿਸ ਫਾਰਮਸ ਐਂਡ ਫਾਰਮੈਟਸ ਜਿਵੇਂ ਕਿ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਰੂਮ ਸਰਵਿਸ ਜਿਹੜਾ ਹੈਗੀ ਅਸੀਂ ਕਰਦੇ ਹਾਂ ਹੋਟਲ ਦੇ ਵਿੱਚ ਜੋ ਮੈਂ ਪਹਿਲਾਂ ਪੜ੍ਹਾ ਚੁੱਕਾ ਹਾਂ ਰੂਮ ਸਰਵਿਸ ਬਾਰੇ ਉਹਦੇ ਵਿੱਚ ਕਿਹੜੇ-ਕਿਹੜੇ ਫਾਰਮਸ ਤੇ ਉਹਨਾਂ ਦੇ ਕਿਹੜੇ ਕਿਹੜੇ ਫਾਰਮੈਟ ਕਿਦਾਂ ਦੇ ਹੁੰਦੇ ਜਿਹੜੇ ਯੂਜ਼ ਕਰਦੇ ਆ ਅੱਜ ਦਾ ਇਹ ਟੋਪਿਕ ਹੈ ਸੋ ਆਓ ਅਸੀਂ ਦੇਖਦੇ ਆ ਕਿ ਰੂਮ ਸਰਵਿਸ ਦੇ ਵਿੱਚ ਕਿਹੜੇ ਕਿਹੜੇ ਫਾਰਮਸ ਐਂਡ ਫਾਰਮੈਟ ਯੂਜ਼ ਕਰਦੇ ਆ ਇਹ ਗੋਤਮ ਸਿੰਘ ਦੁਆਰਾ ਬਣਾਈ ਗਈ ਪੀਪੀਟੀ ਹੈ ਮੈਂ ਤੁਹਾਨੂੰ ਭੇਜ ਦਵਾਂਗਾ ਸਭ ਤੋਂ ਪਹਿਲਾਂ ਸੈਸ਼ਨ ਦਾ ਆਬਜੈਕਟ ਉਹਨੇ ਲਿਖਿਆ ਕਹਿੰਦੇ ਆਫਟਰ ਦੀ ਐਂਡ ਆਫ ਦੀ ਸੈਸ਼ਨ ਵਨ ਸ਼ੁੱਡ ਬੀ ਏਬਲ ਟੂ ਨੋ ਡਿਫਰੈਂਟ ਫਾਰਮਸ ਐਂਡ ਫਾਰਮੈਟ ਯੂਜ਼ਡ ਇਨ ਰੂਮ ਸਰਵਿਸ ਕਹਿੰਦੇ ਕਿ ਇਸ ਸੈਸ਼ਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਗੇ ਲੱਗ ਜਾਵੇਗਾ ਕਿ ਕਿਹੜੇ ਕਿਹੜੇ ਡਿਫਰੈਂਟ ਫਾਰਮ ਫਾਰਮੈਟ ਹੈਗੇ ਆ ਜਿਹੜੇ ਰੂਮ ਸਰਵਿਸ ਵਿੱਚ ਯੂਜ਼ ਹੁੰਦੇ ਆ ਇਸ ਨੇ ਤਿੰਨ ਮੇਨ ਕੰਟੈਕਟਸ ਬਾਰੇ ਲਿਖਿਆ ਆ ਜਿਹੜੇ ਅੱਜ ਕੱਲ ਬਹੁਤ ਜ਼ਿਆਦਾ ਫੇਮਸ ਆ ਜਿਹੜੇ ਰੂਮ ਸਰਵਿਸ ਦੇ ਵਿੱਚ ਯੂਜ਼ ਕਰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਕੇਓਟੀ ਤੇ ਬੀਓਟੀ KOT ਦੀ ਫੁੱਲ ਫਾਰਮ ਹੈਗੀ ਆ ਕਿਚਨ ਆਰਡਰ ਟਿਕਟ BOT ਫੁੱਲ ਫਾਰਮ ਹੈਗੀ ਆ ਬੈਬ੍ਰੇਜ਼ ਆਰਡਰ ਟਿਕਟ ਠੀਕ ਹੈ ਕਿਚਨ ਆਰਡਰ ਟਿਕਟ ਬੈਬ੍ਰੇਜ਼ ਆਰਡਰ ਟਿਕਟ ਲਿਨਨ ਐਕਸਚੇਂਜ ਰੈਜਿਸਟਰ ਰੈਜਿਸਟਰ ਇਹ ਕਿਹੜਾ ਹੁੰਦਾ ਲਿਨਨ ਐਕਸਚੇਂਜ ਤੁਸੀਂ ਦੇਖਿਆ ਹੋਏਗਾ ਐਫ ਐਂਡ ਬੀ ਡਿਪਾਰਟਮੈਂਟ ਦੇ ਵਿੱਚ ਲਿਨਨ ਯੂਜ਼ ਹੁੰਦੇ ਆ ਜਿਵੇਂ ਟੇਬਲ ਕਲੋਥ ਹੋ ਗਿਆ ਨੈਪਕਿਨ ਹੋ ਗਏ ਰਨਰ ਹੋ ਗਏ ਇਹ ਜਿਹੜੇ ਸਰਵਿਸ ਤੋਂ ਬਾਅਦ ਜਦੋਂ ਇੱਕ ਵਿਅਕਤੀ ਇੱਕ ਗੈਸਟ ਖਾਣਾ ਖਾਣ ਤੋਂ ਬਾਅਦ ਉੱਠ ਕੇ ਜਾਂਦਾ ਉਹ ਖਰਾਬ ਹੋ ਜਾਂਦੇ ਤੁਹਾਨੂੰ ਪਤਾ ਹੋਵੇਗਾ ਸਬਜੀ ਵਗੈਰਾ ਡੋਲ ਜਾਂਦੀ ਹੈ ਹੈਨਾ ਖਰਾਬ ਹੋ ਜਾਂਦੇ ਆ ਤੇ ਉਹਨਾਂ ਨੂੰ ਹਾਊਸਕੀਪਿੰਗ ਡਿਪਾਰਟਮੈਂਟ ਦੇ ਵਿੱਚ ਭੇਜਿਆ ਜਾਂਦਾ ਆ ਤੇ ਉਸ ਤੋਂ ਫਰੈਸ਼ ਲਿਨਨ ਜਿਹੜੇ ਮੰਗਵਾਏ ਜਾਂਦੇ ਆ 올린ਨ ਨੂੰ ਐਕਸਚੇਂਜ ਕਰਨ ਦੇ ਲਈ ਇੱਕ ਰਜਿਸਟਰ ਰੱਖਿਆ ਹੁੰਦਾ ਇਸ ਡਿਪਾਰਟਮੈਂਟ ਵਿੱਚ ਐਫ ਐਂਡ ਵੀ ਸਰਵਿਸ ਵਿੱਚ ਵੀ ਹੁੰਦਾ ਆ ਤੇ ਹਾਊਸਕੀਪਿੰਗ ਡਿਪਾਰਟਮੈਂਟ ਵਿੱਚ ਵੀ ਹੁੰਦਾ ਆ ਜੋ ਇਹ ਜਾਣਕਾਰੀ ਦਿੰਦਾ ਕਿ ਲਿਨਨ ਜਿਹੜੇ ਕਿੰਨੇ ਆਏ ਆ ਤੇ ਕਿੰਨੇ ਇਹਨਾਂ ਨੂੰ ਪ੍ਰੋਵਾਈਡ ਕੀਤੇ ਆ ਕਿੰਨੇ ਨੈਪਕੀਨ ਇਹਨਾਂ ਨੇ ਦਿੱਤੇ ਆ ਤੇ ਕਿੰਨੇ ਨੈਪਕੀਨ ਇਹਨਾਂ ਨੂੰ ਦਿੱਤੇ ਆ ਇਹਦੇ ਲਈ ਇੱਕ ਰਜਿਸਟਰ ਲੱਗਾ ਹੁੰਦਾ ਅੱਗੇ ਦਾ ਫਾਰਮੈਟ ਦਿਖਾਵਾਂਗਾ ਰੂਮ ਸਰਵਿਸ ਕੰਟਰੋਲ ਸੀਟ ਏ ਰੂਮ ਸਰਵਿਸ ਲਈ ਇੱਕ ਕੰਟਰੋਲ ਸੀਟ ਬਣਾਈ ਗਈ ਇਹਦਾ ਵੀ ਫਾਰਮੈਟ ਦੇ ਜਰੀਏ ਮੈਂ ਤੁਹਾਨੂੰ ਸਮਝਾਵਾਂਗਾ ਕਿ ਇਹ ਹੁੰਦੀ ਕੀ ਆ ਇਹ ਤਿੰਨ ਜਿਹੜੇ ਮੇਨ ਜਿਹੜੇ ਰੂਮ ਸਰਵਿਸ ਵਿੱਚ ਯੂਜ਼ ਹੁੰਦੇ ਕਿੱਦਾਂ ਦੇ ਹੁੰਦੇ ਆ ਅੱਗੇ ਆ ਉਹ ਦੇਖਦੇ ਆ ਸਭ ਤੋਂ ਪਹਿਲਾਂ KOT ਜਾਂ BOT ਇਹ ਦੋਵਾਂ ਦਾ ਇੱਕੋ ਹੀ ਫਾਰਮੈਟ ਹੁੰਦਾ ਆ ਤੁਸੀਂ ਦੇਖ ਰਹੇ ਹੋ ਜਿੱਥੇ ਲਿਖਿਆ ਹੈ ਇਨਕ੍ਰੈਡੀਬਲ ਹੈਰੀਟੇਜ ਇਹ ਹੋਟਲ ਦਾ ਨਾਮ ਆ ਇੱਥੇ ਆਂਦਾ ਆ ਹੋਟਲ ਦਾ ਨੇਮ ਉਸ ਤੋਂ ਬਾਅਦ KOT ਲਿਖਿਆ ਹੋਇਆ ਆ ਇਹਦੇ ਨਾਲ VRT ਵੀ ਲਿਖਿਆ ਹੁੰਦਾ ਆ ਕਈ ਵਾਰ ਕਿਚਨ ਆਰਡਰ ਟਿਕਟ ਤੇ ਵੈਬਰੇਜ ਆਰਡਰ ਟਿਕਟ ਆਊਟਲੈਟ 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 ਤੋਂ ਭਾਵ ਹੈ ਕਿਹੜੀ ਆਊਟਲੈਟ ਤੋਂ ਇਹ KOT ਕਟੋਈ ਆ ਹੋਟਲਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਬੱਖ-ਬੱਖ ਆਊਟਲੈਟਸ ਹੁੰਦੀਆਂ ਨੇ ਜਿਵੇਂ ਬੈਂਕੁਇਟ ਹੋ ਗਿਆ ਜਾਂ ਫਿਰ ਦੋ ਤਿੰਨ ਬਾਰ ਹੋ ਗਿਆ ਜਿੱਲੇ 바ਰ ਵਿੱਚੋਂ ਇਹ KOT ਕਟੋਈ ਆ ਤੇ 바ਰ ਲਿਖੋਏਗਾ ਅਗਰ ਰੈਸਟੋਰੈਂਟ ਚੋਂ ਕਟੋਈ ਆ ਤੇ ਰੈਸਟੋਰੈਂਟ ਲਿਖੋਏਗਾ ਇਹ ਆਊਟਲੈਟ ਕਿਹੜੀ ਚੋਂ KOTA ਕਟੋਈ ਆ ਇਹ ਫਾਈਨੈਂਸ ਡਿਪਾਰਟਮੈਂਟ ਨੂੰ ਲਾਸਟ ਦੇ ਵਿੱਚ ਜਿਹੜੀ ਸਮਰੀ ਬਣਾਉਣੀ ਹੁੰਦੀ ਆ ਉਹਦੇ ਲਈ ਇਹ ਆਊਟਲੈਟ ਦਾ ਪਤਾ ਹੋਣਾ ਜ਼ਰੂਰੀ ਹੁੰਦਾ ਹੈ ਕਿ ਕਿਹੜੀ ਆਊਟਲੈਟ ਵਿੱਚੋਂ ਕਿੰਨਾ ਜਿਹੜਾ ਪ੍ਰੋਫਿਟ ਹੋਇਆ ਆ ਕਿੰਨਾ ਬੈਲੈਂਸ ਆਇਆ ਆ KOT ਨੰਬਰ ਜਿਹੜਾ ਹੁੰਦਾ ਆ ਇੱਥੇ ਪਾਇਆ ਨਹੀਂ ਹੋਇਆ ਬਟ KOT ਨੰਬਰ ਅੱਜਕੱਲ੍ਹ ਕੀਓਟਿਸ ਦੇ ਉੱਤੇ ਮੈਂਸ਼ਨ ਹੁੰਦੇ ਆ ਜਿਵੇਂ 1 2 3 4 5 6 ਇਦਾਂ ਮੈਂਸ਼ਨ ਹੁੰਦੇ ਆ ਤੇ ਇੱਕ ਚੀਜ਼ ਹੋਰ ਇਹ ਵੀ ਦੱਸ ਦਈਏ ਕਿ ਇਹ ਸਿਰਫ ਇੱਕ ਕੇਓਟੀ ਨਹੀਂ ਹੁੰਦੀ ਤਿੰਨ ਕੇਓਟੀ ਬਣਦੀਆਂ ਨੇ ਇਹਦੇ ਥੱਲੇ ਇੱਕ yellow color ਦੀ ਇੱਕ white color ਦੀ ਤਿੰਨ ਕੇਓਟੀ ਜਿਹੜੀਆਂ ਨੇ ਉਹ ਯੂਜ਼ ਹੁੰਦੀਆਂ ਨੇ ਹੋਟਲ ਦੇ ਵਿੱਚ ਇੱਕ ਆ ਹੋਗੀ ਜਿਹੜੀ ਤੁਹਾਡੇ ਸਾਹਮਣੇ ਆ ਰਹੀ ਆ ਇੱਕ yellow ਦੀ ਤੇ ਇੱਕ ਵਾਈਟ ਕਲਰ ਦੀ ਹੁੰਦੀ ਆ ਸੋ ਇਹਦੇ ਵਿੱਚ ਕੀ ਕੀ ਪਿਆ ਹੁੰਦਾ ਆ ਇਹਦੇ ਵਿੱਚ ਡੇਟ ਅੱਜ ਦੀ ਡੇਟ ਪਾਈ ਜਾਂਦੀ ਆ ਕੁਆਂਟੀਟੀ ਜਿਹੜਾ ਫੂਡ ਵੈਸੇ ਕੁਆਂਟੀਟੀ ਵਾਲਾ ਜਿਹੜਾ ਇਸ ਸਾਈਡ ਦੂਸਰੀ ਸਾਈਡ ਹੁੰਦਾ ਆ ਚਲੋ ਇਹਨਾਂ ਨੇ ਇਹਦੇ ਵਿੱਚ ਇਸ ਸਾਈਡ ਬਣਾਇਆ ਹੋਇਆ ਕਿੰਨੀ ਕੁਆਂਟੀਟੀ ਦੇ ਵਿੱਚ ਆਰਡਰ ਗਿਆ ਜਿਵੇਂ ਮੈਂ ਰੂਮ ਦੇ ਵਿੱਚੋਂ ਮੰਗਾ ਰਿਆਂ ਆ ਕਿ ਹੈਲੋ ਮੇਰੇ ਲਈ ਇੱਕ ਬਟਰ ਚਿਕਨ ਦੋ ਨਾਨ ਇੱਕ ਕੋਕਾ ਕੋਲਾ ਇੱਕ ਸੌਫਟ ਡਰਿੰਕ ਮੈਨੂੰ ਭੇਜ ਦੋ ਕੁਆਂਟੀਟੀ ਦੇ ਵਿੱਚ ਇੱਕ ਲਿਖੇਗਾ ਉਹ ਅੱਗੇ ਆਰਡਰ ਡਿਸਕ੍ਰਿਪਸ਼ਨ ਦੇ ਵਿੱਚ ਬਟਰ ਚਿਕਨ ਲਿਖੇਗਾ ਥੱਲੇ ਦੋ ਲਿਖੇਗਾ ਬਟਰ ਨਾਲ ਲਿਖੇਗਾ ਤੇ ਤੀਜੇ ਨੰਬਰ ਦੇ ਉੱਤੇ ਜਿਹੜੀ ਵੈਬਰੇਜ ਆ ਇੱਕ ਲਿਖ ਕੇ ਅੱਗੇ ਵੈਬਰੇਜ ਦਾ ਨੇਮ ਲਿਖੇਗਾ ਹੁਣ ਜਿਵੇਂ ਮੈਂ ਕਹਾ ਕਿ ਜਿਹੜਾ ਤੁਸੀਂ ਬਟਰ ਚਿਕਨ ਬਣਾਉਣਾ ਹੈ ਨਾ ਉਹ ਸਪਾਈਸੀ ਰੱਖਿਓ ਥੋੜਾ ਸੋ ਜੇ ਮੈਂ ਸਪਾਈਸੀ ਕਿਹਾ ਉਹਨੇ ਬਟਰ ਚਿਕਨ ਦੇ ਅੱਗੇ ਬ੍ਰੈਕਟ ਪਾ ਕੇ ਸਪਾਈਸੀ ਲਿਖ ਦੇਣਾ ਆ ਤੇ ਬ੍ਰੈਕਟ ਬੰਦ ਕਰ ਦੇਣੀ ਆ ਠੀਕ ਹੈ ਕੈਪਟਨ ਹੁੰਦਾ ਆ ਜਿਹੜਾ ਆਰਡਰ ਲੈ ਲਿਆ ਉਹਦਾ ਨੇਮ ਆਏਗਾ ਤੇ ਉਹਦੇ ਸਿਗਨੇਚਰ ਹੋਣਗੇ ਠੀਕ ਹੈ ਇਹ ਹੁੰਦੀ ਆ ਕੇਓਟੀ ਜਿਹੜੀ ਕਿਚਨ ਆਰਡਰ ਟਿਕਟ ਕਿਹਾ ਜਾਂਦਾ ਥੱਲੇ ਤੁਸੀਂ ਇੱਕ ਕੋਨੇ ਤੇ ਲਿਖਿਆ ਦੇਖ ਰਹੇ ਹੋਵੋਗੇ ਟ੍ਰਿਪਲੀਕੇਟ ਕੇਓਟੀ ਇਹ ਕੀ ਹੁੰਦੀ ਆ ਇਹਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਅਸੀਂ ਚਰਚਾ ਕਰਾਂਗੇ ਇਹ ਵੱਡਾ ਟੌਪਿਕ ਹੈ ਜੋ ਅੱਗੇ ਪੜ੍ਹਾਂਗੇ ਨੈਕਸਟ ਇਹ ਕੀ ਹੈ ਲੀਨਨ ਐਕਸਚੇਂਜ ਰਜਿਸਟਰ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਲੀਨਨ ਬਾਰੇ ਜਿਹੜਾ ਜਾਣਕਾਰੀ ਹੁੰਦੀ ਆ ਉਹ ਦੇਖੋ ਸੀਰੀਅਲ ਨੰਬਰ ਆ ਗਿਆ ਉੱਪਰ ਸਭ ਤੋਂ ਪਹਿਲਾਂ ਇਨਕਰੀਡੀਬਲ ਹੈਰੀਟੇਜ ਹੋਟਲ ਦਾ ਨੇਮ ਆ ਗਿਆ ਡੇਟ ਐਂਡ ਡੇ ਆ ਗਈ ਅੱਗੇ ਸੀਰੀਅਲ ਨੰਬਰ ਅਗੇ ਲినਨ ਆਈਟਮਸ ਕਿਹੜੀਆਂ-ਕਿਹੜੀਆਂ ਇਹ ਸਾਰੀਆਂ ਆਈਟਮ ਤੁਸੀਂ ਦੇਖੋਗੇ ਇਹ ਸਾਰੀਆਂ ਆਈਟਮ ਐਫ ਐਂਡ ਵੀ ਸਰਵਿਸ ਡਿਪਾਰਟਮੈਂਟ ਦੀਆਂ ਆ ਬੈਲੈਂਸ ਬਰਾਊਟ ਫਾਰਵਰਡ ਦੇ ਵਿੱਚ ਆਉਂਦੀਆਂ ਨੇ ਉਹ ਆਈਟਮ ਆਉਂਦੀਆਂ ਜਿਹੜੀਆਂ ਬੈਲੈਂਸ ਬਚੀਆਂ ਹੋਈਆਂ ਆ ਠੀਕ ਹੈ ਡਰਟੀ গিਵਨ ਆਉਂਦੀਆਂ ਕਿੰਨੀਆਂ ਆਈਟਮਸ ਜਿਹੜੀਆਂ ਸੀ ਦੇ ਚੁੱਕੀਆਂ ਹਾਊਸਕੀਪਿੰਗ ਡਿਪਾਰਟਮੈਂਟ ਨੂੰ ਠੀਕ ਹੈ ਟੋਟਲ ਟੋਟਲ ਕਿੰਨੀਆਂ ਹੋਈਆਂ ਆ ਇਸ਼ੂਡ ਨਵੀਆਂ ਕਿੰਨੀਆਂ ਇਸ਼ੂ ਕਰਵਾਈਆਂ ਬੈਲੈਂਸ ਉੱਤੇ ਬਚੀਆਂ ਕਿੰਨੀਆਂ ਰਿਮਾਰਕਸ ਕੋਈ ਵੀ ਲਾ ਸਕਦੇ ਹੋ ਕੁਝ ਵੀ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹ ਬਣਾਉਂਦਾ ਆ ਸਿਗਨੇਚਰ ਹੁੰਦੇ ਆ ਉਸ ਸਟਿਵਰਡ ਦੇ ਜਿਹੜਾ ਲੈਣ ਜਾਂਦਾ ਤੇ ਉਹ ਲినਨ ਕੀਪਰ ਜਿਹੜਾ ਹਾਊਸਕੀਪਿੰਗ ਡਿਪਾਰਟਮੈਂਟ ਵਿੱਚ ਹੁੰਦਾ ਆ ਉਹਦੇ ਸਿਗਨੇਚਰ ਹੁੰਦੇ ਆ ਠੀਕ ਹੈ ਇਹ ਯੂਜ਼ ਹੁੰਦਾ ਆ ਲినਨ ਨੂੰ ਐਕਸਚੇਂਜ ਕਰਵਾਉਣ ਦੇ ਲਈ ਹਾਊਸਕੀਪਿੰਗ ਡਿਪਾਰਟਮੈਂਟ ਚੋਂ ਨੈਕਸਟ ਦੇਖਦੇ ਆ ਰੂਮ ਸਰਵਿਸ ਕੰਟਰੋਲ ਸ਼ੀਟ ਇਹਦੇ ਵਿੱਚ 2 ਪੁਆਇੰਟ ਮਿਸਿੰਗ ਆ ਮੈਂ ਤੁਹਾਨੂੰ ਫੇਰ ਵੀ ਦੱਸ ਦਿੰਨਾ ਆ ਉੱਧਰਲੀ ਸਾਈਡ ਦੇ ਉੱਤੇ ਨੇਮ ਲਿਖਿਆ ਹੋਇਆ ਆ ਆਰਡਰ ਟੇਕਰ ਜਿਹੜਾ ਆਰਡਰ ਉਠਾ ਰਿਹਾ ਆ ਟਾਈਮ ਇਨ ਹੁਣ ਸਭ ਤੋਂ ਪਹਿਲਾਂ ਰੂਮ ਸਰਵਿਸ ਕੰਟਰੋਲ ਸੀਟ ਪਹਿਲਾਂ ਇਹ ਤੁਹਾਨੂੰ ਮੈਂ ਦੱਸ ਦਿੰਨਾ ਆ ਕਿ ਇਹ ਸੀਟ ਜਿਹੜੀ ਯੂਜ਼ ਹੁੰਦੀ ਆ ਜਿਹੜਾ ਸਰਵਿਸ ਕਰ ਰਿਹਾ ਬੰਦਾ ਉਹਨੇ ਕਦੋਂ ਆਰਡਰ ਲਿਆ ਕਦੋਂ ਆਰਡਰ ਜਿਹੜਾ ਉਹਨੇ ਪਹੁੰਚਾਇਆ ਤੇ ਕਿੰਨੇ ਸਮੇਂ ਦੇ ਵਿੱਚ ਪਹੁੰਚਾਇਆ ਉਹ ਸਾਰਾ ਇਹਦੇ ਵਿੱਚ ਲਿਖਉਂਦਾ ਆ ਜਦੋਂ ਆਰਡਰ ਲੈਂਦਾ ਆ ਉਹ ਦੇਖੋ ABC ਆਰਡਰ ਟੇਕਰ ਲਿਆ ਆਰਡਰ ਲਿਖਿਆ ਟਾਈਮ ਇਨ ਇੰਨੇ ਵਜੇ ਆਰਡਰ ਆਇਆ ਡਿਲੀਵਰੀ ਅਟੈਂਡੈਂਟ ਅਟੈਂਡਡ ਦਾ ਨਾਮ ਲਿਖਿਆ ਕਿੰਨੇ ਆਰਡਰ ਲਿਆ ਆ ਡਿਲੀਵਰੀ ਟਾਈਮ ਜਿਹੜਾ ਉਹ ਲਿਖਿਆ ਕਿ ਜਿਹੜਾ ਟਾਈਮ ਡਿਲੀਵਰ ਕੀਤਾ ਜਿਹੜੇ ਟਾਈਮ ਦੇ ਵਿੱਚ ਉਹ ਟਾਈਮ ਉੱਥੇ ਲਿਖਿਆ ਇਨਸਟਰਕਸ਼ਨ ਇਨਸਟਰਕਸ਼ਨ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਅਗਰ ਕੋਈ ਸਪੈਸ਼ਲ ਇਨਸਟਰਕਸ਼ਨ ਹੈਗੀ ਆ ਕਿ ਜਿਵੇਂ ਆ ਆਰਡਰ ਪਹੁੰਚ ਗਿਆ ਉਹਨੇ ਖਾ ਲਿਆ ਵਾਪਸ ਲੈ ਆਉਂਦਾ ਤੇ ਡਨ ਲਿਖ ਦੇਣਾ ਸਟੇਟਸ ਤੇ ਵੀ ਡਨ ਲਿਖਿਆ ਜਾਂਦਾ ਇਨਸਟਰਕਸ਼ਨ ਤੇ ਵੀ ਤੁਸੀਂ ਡਨ ਲਿਖ ਸਕਦੇ ਹੋ ਠੀਕ ਹੈ ਕਲੀਅਰੈਂਸ ਜਿਹਨੂੰ ਕਹਿੰਦੇ ਕਦੋਂ ਕੀਤੀ ਕਲੀਅਰੈਂਸ اٹੈਂਡੈਂਟ ਜੇ ਰੜਾ ਉਸ ਰੂਮ ਦੇ ਵਿੱਚ ਜਾ ਕੇ ਕਲੀਅਰੈਂਸ ਕਰਕੇ ਆਇਆ ਹੁਣ ਤੁਹਾਨੂੰ ਇਹ ਦੇ ਵਿੱਚ ਵੀ ਕਨਫਿਊਜ਼ਨ ਹੋਏਗੀ ਕਲੀਅਰੈਂਸ ਵਰਡ ਕੀ ਹੁੰਦਾ ਹੈ ਕਲੀਅਰੈਂਸ ਹੁੰਦੀ ਹੈ ਕਿ ਜਿੱਦਾਂ ਤੁਸੀਂ ਰੂਮ ਦੇ ਵਿੱਚ ਆਰਡਰ ਲੈ ਕੇ ਗਏ ਹੋ ਗੈਸਟ ਨੇ ਫੂਡ ਕੰਜ਼ਿਊਮ ਕਰ ਲਿਆ ਉਹਦੀਆਂ ਪਲੇਟਸ ਉਹਦੇ ਜਿਹੜੇ ਤੁਸੀਂ ਗਲਾਸੇਜ਼ ਨਾਲ ਲੈ ਕੇ ਗਏ ਹੋ 스ਪੂਨ ਲੈ ਕੇ ਗਏ ਜਿਹਦੇ ਥਰੂ ਉਹਨੇ ਖਾਦਾ ਉਹਨੂੰ ਵਾਪਸ ਲੈ ਕੇ ਉਹਨੂੰ ਕਲੀਅਰੈਂਸ ਕਹਿੰਦੇ ਆ ਕਿ ਗੈਸਟ ਰੂਮ ਤੋਂ ਕਲੀਅਰੈਂਸ ਕਰਤੀ ਤੇ ਅੱਗੇ ਕਲੀਅਰੈਂਸ ਟਾਈਮ ਲਿਖਿਆ ਹੁੰਦਾ ਕਿ ਕਿੰਨੇ ਵਜੇ ਕਲੀਅਰੈਂਸ ਕੀਤੀ ਇਹ ਤਾਂ ਜਿਹੜੀ ਯੂਜ਼ ਹੁੰਦੀ ਆ ਕੰਟਰੋਲ ਸ਼ੀਟ ਕੀ ਜਿਹੜਾ ਫਰੰਟ ਆਫਿਸ ਮੈਨੇਜਰ ਆ ਉਹਨੂੰ ਪਤਾ ਰਹੇ ਕਿ ਕਿੰਨੇ ਆਰਡਰ ਲਿਆ ਹੈ ਕਿਉਂਕਿ ਗੈਸਟ ਦਾ ਅਗਰ ਆਰਡਰ ਲੇਟ ਪਹੁੰਚਦਾ ਗੈਸਟ ਕੰਪਲੇਂਟ ਕਰ ਰਿਹਾ ਕਿ ਮੇਰਾ ਆਰਡਰ ਇਹਨੇ ਲੇਟ ਦਿੱਤਾ ਸੀਗਾ ਏ ਆਰਡਰ ਦੇ ਵਿੱਚ ਮੇਰਾ ਸਹੀ ਨਹੀਂ ਸੀ ਫਿਰ ਉਹ ਦੇਖਦੇ ਆ ਕਿ ਕਿੰਨੇ ਆਰਡਰ ਪਹੁੰਚਾਇਆ ਸੀਗਾ ਤੇ ਕੌਣ ਲੈ ਕੇ ਗਿਆ ਸੀ ਆਰਡਰ ਤੇ ਕਲੀਅਰੈਂਸ ਕਿੰਨੇ ਕੀਤੀ ਜਿਆਦਾਤਰ ਇਹ ਚੋਰੀ ਦੇ ਕੇਸ ਵਿੱਚ ਵੀ ਯੂਜ਼ ਹੁੰਦਾ ਅਗਰ ਗੈਸਟ ਰੂਮ ਵਿੱਚੋਂ ਕੋਈ ਚੀਜ਼ ਗਾਇਬ ਹੋ ਜਾਂਦੀ ਹੈ ਪਰ ਫਿਰ ਵੀ ਇਹ ਚੀਜ਼ ਦੇਖੀ ਜਾਂਦੀ ਹੈ ਕਿ ਰੂਮ ਦੇ ਵਿੱਚ ਸਰਵਿਸ ਕੌਣ ਕਰਨ ਗਿਆ ਸੀਗਾ ਸੋ ਇਹ ਜਿਹੜੀਆਂ ਤਿੰਨ ਸੀਟਸ ਸੀਗੀਆਂ ਠੀਕ ਹੈ ਜਿਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਕਿ ਕਿਹੜੇ ਕਿਹੜੇ ਜਿਹੜੇ ਯੂਜ਼ ਹੁੰਦੇ ਆ ਸੋ ਇਹ ਜਿਹੜੀਆਂ ਤੁਹਾਡਾ ਜਿਹੜਾ ਟੌਪਿਕ ਸੀਗਾ ਉਹ ਸੀਗਾ ਫਾਰਮਸ ਐਂਡ ਫਾਰਮੈਟ ਯੂਜ਼ਡ ਇਨ ਰੂਮ ਸਰਵਿਸ